ਅੱਜ ਹੀ ਡਾਊਟਨੈਟ ਐਪ ਡਾਊਨਲੋਡ ਕਰੋ। ਡਾਊਟਨੈਟ ਤੇ ਹੋਣਗੇ ਤੁਹਾਡੇ ਸਾਰੇ 6ਵੀਂ ਤੋਂ 12ਵੀਂ ਕਲਾਸ ਦੇ ਮੈਥ, ਫਿਜ਼ਿਕਸ, ਕੈਮਿਸਟਰੀ ਅਤੇ ਬਾਇਓਲੋਜੀ ਦੇ ਡਾਊਟਸ ਦਾ ਸਫਾਇਆ, ਉਹ ਵੀ ਪੰਜਾਬੀ ਵਿੱਚ। ਬਸ ਆਪਣੇ ਪ੍ਰਸ਼ਨ ਦੀ ਫੋਟੋ ਖਿੱਚੋ, ਉਸਨੂੰ ਕ੍ਰੋਪ ਕਰੋ ਅਤੇ ਤੁਰੰਤ ਵੀਡੀਓ ਸੋਲਿਊਸ਼ਨ ਪਾਓ। ਅਤੇ ਅਜਿਹੇ ਹੀ ਹੋਰ ਵੀਡੀਓ ਦੇਖਣ ਲਈ ਡਾਊਟਨੈਟ ਪੰਜਾਬੀ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ। Use factor theorem to determine whether gx is a factor of px in each of the following cases, where px is given to be x cube plus 3x square plus 3x plus 1 and gx is given to be x plus 2. Kyunki gx sada divisor hai, asi gx nu 0 de equal karange. ਤਾਂ x ਪਲੱਸ 2 ਹੋ ਜਾਏਗਾ 0, x ਦੀ ਵੈਲਿਊ ਆਈ ਮਾਈਨਸ 2। ਹੁਣ ਅਸੀਂ ਇਸ x ਦੀ ਵੈਲਿਊ ਨੂੰ px ਚ ਪੁੱਟ ਕਰਾਂਗੇ, ਜੋ ਕਿ ਸਾਡਾ ਡਿਵੀਡੈਂਡ ਹੈ, ਤਾਂ p ਮਾਈਨਸ 2 ਹੋ ਜਾਏਗਾ ਮਾਈਨਸ 2 ਦਾ ਕਿਊਬ ਪਲੱਸ 3 ਇੰਟੂ ਮਾਈਨਸ 2 ਦਾ ਸਕੁਆਇਰ ਪਲੱਸ 3 ਇੰਟੂ ਮਾਈਨਸ 2 ਪਲੱਸ 1। ਇਹਨੂੰ ਅੱਗੇ ਸੋਲਵ ਕਰਾਂਗੇ ਤਾਂ ਸਾਨੂੰ ਮਿਲੂਗਾ ਮਾਈਨਸ 8 ਪਲੱਸ 2 ਟੂ ਦਰ 4, 4 3 ਆਰ 12, ਮਾਈਨਸ 6 ਪਲੱਸ 1। ਇਹ ਹੋ ਜਾਏਗਾ 4 ਮਾਈਨਸ 6 ਪਲੱਸ 1, ਜੋ ਕਿ ਹੋਏਗਾ ਮਾਈਨਸ 1। ਕਿਉਂਕਿ ਇਹ ਵੈਲਿਊ ਸਾਡੇ ਕੋਲ ਇਕੁਅਲ ਟੂ 0 ਨਹੀਂ ਆਈ, ਇਸ ਲਈ ਅਸੀਂ ਕਹਿ ਸਕਦੇ ਹਾਂ ਕਿ x ਪਲੱਸ 2 ਇਜ਼ ਨਾਟ ਅ ਫੈਕਟਰ ਆਫ ਦ ਗਿਵਨ ਪੋਲੀਨੋਮੀਅਲ।